ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਕਾਰੀਡੋਰ ਦਾ ਕੰਮ ਜ਼ੋਰਾਂ ਨਾਲ ਜਾਰੀ ਹੈ, ਪਰ ਕਾਰੀਡੋਰ ਦੇ ਰਸਤੇ ਆਉਂਦੇ ਮੰਦਰ ਕਾਰਨ ਕਾਰੀਡੋਰ ਦਾ ਨਿਰਮਾਣ ਥੰਮ ਗਿਆ ਸੀ, ਪਰ ਪ੍ਰਸ਼ਾਸਨ ਨੇ ਇਸ ਨੂੰ ਮੰਦਰ ਦੇ ਪ੍ਰਬੰਧਕਾਂ ਨਾਲ ਮਿਲ ਕੇ ਸੁਲਝਾ ਲਿਆ ਹੈ। ਮੰਦਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਮੰਦਰ ਦੀ ਕੰਧ ਵਾਲੀ ਜਗ੍ਹਾ ਕਾਰੀਡੋਰ ਲਈ ਦੇਣ ਨੂੰ ਤਿਆਰ ਨੇ ਅਤੇ ਉਹਨਾਂ ਵੱਲੋਂ ਜਿੰਨੀ ਵੀ ਮਦਦ ਹੋ ਸਕਦੀ ਹੈ ਸਰਕਾਰ ਦੀ ਕਰਨਗੇ। ਨਹੀਂ, ਮੇਰੀ ਗੱਲ ਇਹ ਹੋਈ ਹੈ ਕਿ ਮੂਰਤੀਆਂ ਤੱਕ ਤਾਂ ਕੋਰੀਡੋਰ ਆ ਹੀ ਨਹੀਂ ਰਿਹਾ ਹੈ, ਜਿਹੜੀ ਕੰਧ ਹੈ ਪਹਿਲੀ ਉਹਦੇ ਤੱਕ ਹੀ ਸਿੱਧਾ ਆ ਰਿਹਾ, ਮੂਰਤੀਆਂ ਤੱਕ ਨਹੀਂ ਆ ਰਿਹਾ ਹੈ। ਉਹ ਉਸ ਗੱਲ 'ਤੇ ਉਹ ਵੀ ਸਹਿਮਤ, ਮੈਂ ਵੀ ਸਹਿਮਤ ਹੈ, ਕਿਉਂ ਇਹ ਬੜ ਆਪਣੇ ਸੈਂਟਰ ਦਾ ਕੰਮ ਹੈ ਅਤੇ ਉਹ ਕਹਿ ਰਹੇ ਕਿ ਬਾਬਾ ਜੀ ਥੋੜ੍ਹੀ ਜਿਹੀ ਕੰਧ ਆ ਰਹੀ, ਮੂਰਤੀਆਂ ਨਹੀਂ ਛੇੜਾਂਗੇ, ਕਿਉਂ ਮੂਰਤੀਆਂ ਦਾ ਅਪਮਾਨ ਤਾਂ ਮੈਂ ਵੀ ਨਹੀਂ ਸਹਿਨ ਕਰ ਸਕਦਾ। ਨਹੀਂ, ਇੱਕ ਸਾਈਡ 'ਤੇ ਡੇਰੇ ਦੇ ਵਿੱਚੋਂ ਰਸਤਾ ਨਹੀਂ ਹੈ ਜਿੱਧਰ, ਹਾਂ ਸਾਈਡ 'ਤੇ ਮੂਰਤੀਆਂ ਸਾਡੀ ਸੇਫ ਹੈ, ਡੇਰਾ ਸੇਫ ਹੈ, ਥੋੜ੍ਹੀ ਜਿਹੀ ਜਗ੍ਹਾ ਜਿਹੜੀ ਕੰਧ ਹੈ ਪਰਲੀ ਉਹ ਆ ਰਹੀ, ਹਾਂ ਕੰਧ ਹੈ ਉਹ ਪਿੱਛੇ ਘੱਲਾਂਗੇ ਅਸੀਂ। ਉਹਨਾਂ ਨੂੰ ਇਹੀ ਕਿਹਾ ਗਿਆ ਵੀ ਜਿੰਨੀ ਜਗ੍ਹਾ ਜਿਹੜੀ ਬਾਹਰ ਹੈਗੀ ਹੈ ਸਾਡੀ ਕੰਧ ਦੇ ਮੁਤਾਬਿਕ ਮੂਰਤੀਆਂ ਛੱਡ ਕੇ, ਉਹ ਜਗ੍ਹਾ ਜਿੰਨੀ ਸਰਕਾਰ ਚਾਹੀਦੀ, ਜਿੰਨੀ ਸਰਕਾਰ ਉੱਨੀ ਲੈ, ਜਿੰਨੀ ਲੋੜ ਹੈ ਉੱਨੀ ਜਾਇਜ਼ ਹੈ ਜਿੰਨੀ ਉੱਨੀ ਲੈ ਸਕੇ, ਔਰ ਜਿੰਨੀ ਮੂਰਤੀਆਂ ਨੂੰ ਜਾਂ ਕੋਈ ਧੂਣੇ ਨੂੰ ਜਾਂ ਜੋ ਵੀ ਸਾਡੀ ਉੱਥੇ ਹੋਰ ਨਿੱਜੀ ਉਹ ਹੈ ਉਹਨੂੰ ਪ੍ਰੋਪਰਟੀ ਨੂੰ ਨਾ ਛੇੜਿਆ ਜਾਵੇ, ਜਿੰਨੀ ਕੁ ਸਰਕਾਰ ਨੂੰ ਜ਼ਰੂਰਤ ਹੈ ਉੱਨੀ ਕੁ ਸਰਕਾਰ ਲੈ, ਜਿੰਨਾ ਕਿਉਂਕਿ ਸਾਡੇ ਤੋਂ ਜਿੰਨਾ ਸਹਿਯੋਗ ਬਣਦਾ ਸਰਕਾਰ ਦਾ ਅਸੀਂ ਕਰਾਂਗੇ। ਦੂਜੇ ਪਾਸੇ ਮੌਕੇ 'ਤੇ ਪੁੱਜੇ SDM ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਲਬਾਤ ਦੇ ਨਾਲ ਇਹ ਮਸਲਾ ਸੁਲਝਾ ਲਿਆ ਗਿਆ। ਸੰਤ ਸਰੋਵਰ ਸਾਹਿਬ ਦੀ ਜਗ੍ਹਾ ਜਿਹੜੀ ਹੈ ਕੁਛ ਨੈਸ਼ਨਲ ਹਾਈਵੇ ਦੀ ਅਲਾਈਨਮੈਂਟ ਦੇ ਵਿੱਚ ਆ ਰਹੀ, ਉਹਦੇ ਬਾਰੇ ਜਿਹੜੀ ਆ ਗੱਲਬਾਤ ਕੀਤੀ ਗਈ ਹੈ ਅਤੇ ਔਨ ਅ ਪੋਜ਼ਿਟਿਵ ਨੋਟ ਜਿਹੜੀ ਹੈ ਗੱਲਬਾਤ ਹੋਈ ਹੈ, ਅਤੇ ਨਾਲ ਹੀ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਸੈਂਸਿਟਿਵ ਇਸ਼ੂ ਬਣ ਗਿਆ ਸੀਗਾ ਅਤੇ ਬਾਬਾ ਜੀ ਵੱਲੋਂ ਜੋ ਗਾਈਡ ਕੀਤਾ ਗਿਆ ਸਾਨੂੰ ਅਤੇ ਇਹਨਾਂ ਦੀ ਪਰੰਪਰਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਜਿਹੜਾ ਵਾ ਉਹ ਕੋਰੀਡੋਰ ਦਾ ਕੰਮ ਜਿਹੜਾ ਉਹ ਕੀਤਾ ਜਾਣਾ, ਅਤੇ ਔਨ ਪੋਜ਼ਿਟਿਵ ਨੋਟ ਜਿਹੜੀ ਸਾਡੀ ਅੱਜ ਦੀ ਜਿਹੜੀ ਆ ਉਹ ਮੁਲਾਕਾਤ ਰਹੀ ਹੈ। ਤੀਜਾ ਇਹੀ ਹੈ ਕਿ ਜੋ ਕੋਰੀਡੋਰ ਦਾ ਕੰਮ ਹੈਗਾ ਜਿਹੜਾ ਉਹ ਨਿਰਵਿਘਨ ਚੱਲੇਗਾ ਅਤੇ ਜੋ ਅਲਾਈਨਮੈਂਟ ਜਿਹੜੀ ਆ ਉਹ ਇਹਨਾਂ ਨਾਲ ਡਿਸਕਸ ਕੀਤੀ ਗਈ ਹੈ ਅਤੇ ਕਿਸੇ ਤਰ੍ਹਾਂ ਦਾ ਕਿਸੇ ਰਿਲੀਜੀਅਸ ਕੋਈ ਇਸ਼ੂ ਜਿਹੜਾ ਵਾ ਇਹਦੇ ਵਿੱਚ ਨਹੀਂ ਹੈਗਾ ਅਤੇ ਬਸ ਕਲੈਰਿਟੀ ਹੋਣ ਵਾਲੀ ਸੀਗੀ ਬਾਬਾ ਜੀ ਨਾਲ ਗੱਲ ਕਰਕੇ ਅੱਜ ਹੋ ਗਈ ਹੈ। ਬਿਊਰੋ ਰਿਪੋਰਟ, ਆਵਾਜ਼ ਕੰਮ TV।